ਬੇਸਿਕਲੀ ਇੱਕ ਸਦਾਚਾਰਤਾ ਦੇ ਤੌਰ 'ਤੇ ਸਟੇਟ ਮਿਨਿਸਟਰ ਹੋਣ ਦੇ ਨਾਤੇ ਮੈਂ ਪਿਛਲੇ ਦਿਨੀ ਯੂਨੀਅਨ ਮਿਨਿਸਟਰ ਸਾਹਿਬ ਨੂੰ ਮਿਲਿਆ ਸੀਗਾ। ਸੋ ਮੇਰੇ ਨਾਲ ਮੇਰੇ ਅਧਿਕਾਰੀ ਸਾਹਿਬਾਨ ਵੀ ਸਨ। ਸੋ ਇਹਦੇ ਨਾਲ ਨਾਲ ਜਿੱਥੇ ਇੱਕ ਸਦਾਚਾਰਤਾ ਸੀਗੀ ਉੱਥੇ ਨਾਲ ਕੁਝ ਇਸ਼ੂ ਸੀਗੇ ਪੰਜਾਬ ਦੇ ਅੰਦਰ। ਸੋ ਉਹ ਦੋ ਇਸ਼ੂ ਜਿਹੜੇ ਅਸੀਂ ਉਹਨਾਂ ਨਾਲ ਇੱਕ ਮੰਗ ਦੇ ਰੂਪ 'ਚ ਕਹਿ ਲਓ ਇੱਕ ਚਿੰਤਾ ਦੇ ਤੌਰ 'ਤੇ ਸਾਂਝੇ ਕੀਤੇ ਸਨ। ਸੋ ਪਹਿਲੀ ਗੱਲ ਤਾਂ ਇਹ ਹੈ ਵੀ ਸਾਡੀ ਮੀਟਿੰਗ ਬੜੇ ਅੱਛੇ ਮਾਹੌਲ 'ਚ ਹੋਈ, ਬੜੇ ਹੰਬਲ ਢੰਗ ਦੇ ਨਾਲ ਅਸੀਂ ਵੀ ਸਵਾਲ ਰੱਖੇ ਔਰ ਉਹਨਾਂ ਨੇ ਵੀ ਬੜਾ ਪੋਜ਼ੀਟਿਵਲੀ ਸਾਡੇ ਡਿਮਾਂਡ ਨੂੰ, ਸਾਡੇ ਸਵਾਲਾਂ ਨੂੰ ਸੁਣਿਆ। ਸੋ ਅੱਜ ਵੀ ਤੁਸੀਂ ਦੇਖਿਆ ਸਦਨ ਦੇ ਅੰਦਰ ਸਾਡੇ ਮਾਣਯੋਗ ਦੋ ਤਿੰਨ MLA ਸਾਹਿਬਾਨ ਨੇ ਇੱਕ ਇਸ਼ੂ ਰੇਜ਼ ਕੀਤਾ ਸੀਗਾ। ਔਰ ਪਿਛਲੇ ਦਿਨਾਂ ਤੋਂ ਪੰਜਾਬ ਦੇ ਅੰਦਰ ਮਤਲਬ ਸਪੇਸ ਨੂੰ ਲੈ ਕੇ, ਸਾਡੇ ਜਿਹੜੇ ਗਡਾਊਂਡ ਨੇ ਉਹਨਾਂ ਅੰਦਰ ਸਪੇਸ ਨੂੰ ਲੈ ਕੇ ਇੱਕ ਚਿੰਤਾ ਜਿਹੜੀ ਆ ਉਹ ਕੁਝ ਸੈਕਸ਼ਨ ਵੱਲੋਂ ਮਤਲਬ ਦਰਸਾਈ ਗਈ ਸੀਗੀ। ਤੋ ਖਾਸ ਕਰਕੇ ਜਿਹੜੇ ਸਾਡੇ ਮਿਲਰ ਨੇ ਪੰਜਾਬ ਦੇ, ਕਿਉਂਕਿ ਪੈਡੀ ਦਾ ਸੀਜ਼ਨ ਵੀ ਸਾਡਾ ਸਿਰ ਦੇ ਉੱਤੇ ਆ, ਠੀਕ 26-27 ਦਿਨ ਤੋਂ ਬਾਅਦ ਪੈਡੀ ਦਾ ਸੀਜ਼ਨ ਜਿਹੜਾ ਸ਼ੁਰੂ ਹੋਣ ਲਈ ਜਾ ਰਿਹਾ। ਸੋ ਉਹਦੇ ਲਈ ਕੁਝ ਸ਼ੰਕਾਵਾਂ ਜਿਹੜੀਆਂ ਉਹ ਸਾਡੇ ਮਿਲਰਸ ਦੇ ਸਾਹਮਣੇ ਸੀਗੀਆਂ, ਕਿਉਂਕਿ ਮੰਡੀ ਦੇ ਅੰਦਰ ਜਦੋਂ ਕਿਸਾਨ ਨੇ ਆਉਣਾ ਅਤੇ ਹਰ ਵਾਰ ਉਹਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ, ਇਸ ਵਾਰ ਵੀ ਮਤਲਬ ਤਿਆਰੀਆਂ ਪੂਰੀਆਂ ਆ। ਸੋ ਕਿਸਾਨ ਨੇ ਮੰਡੀ 'ਚ ਆਪਣੀ ਫਸਲ ਵੇਚ ਕੇ ਔਰ ਉਹਦਾ ਅਸੀਂ ਭੁਗਤਾਨ ਕਰਕੇ ਉਹਨੂੰ ਤਾਂ ਵਿਹਲੇ ਮਤਲਬ ਕਰ ਦੇਣਾ ਹੁੰਦਾ ਮਤਲਬ ਰੂਟੀਨ 'ਚ। ਸੋ ਉਹਦੀਆਂ ਤਿਆਰੀਆਂ ਇਸ ਵਾਰ ਵੀ ਸਾਡੀਆਂ ਪੂਰੀਆਂ ਨੇ। ਪਰ ਇਸ ਤੋਂ ਬਾਅਦ ਜਦੋਂ ਪੈਡੀ ਮਿਲਰ ਕੋਲ ਜਾਂਦੀ ਹੈ, ਸੋ ਉਹਨੇ ਫਿਰ ਉਹਦੀ ਮਿਲਿੰਗ ਕਰਕੇ ਜਿਹੜਾ ਚਾਵਲ ਹੈ ਉਹ ਕਿਤੇ ਨਾ ਕਿਤੇ ਰੱਖਣਾ ਹੁੰਦਾ। ਸੋ ਜਿਹੜੇ ਪੰਜਾਬ ਦੇ ਅੰਦਰ ਗਡਾਊਨ ਨੇ, ਜਿਹੜੀ ਸਾਡੇ ਕਵਰ ਗਡਾਊਨ ਨੇ, ਉਹਨਾਂ ਦੇ ਅੰਦਰ ਇਸ ਵਾਰ ਜਿਹੜੀ ਸਪੇਸ ਹੈ ਉਸ ਲੈਵਲ ਦੀ ਨਹੀਂ ਬਣੀ ਜਿਹਨੂੰ ਲੈ ਕੇ ਮਤਲਬ ਅਸੀਂ ਯੂਨੀਅਨ ਮਿਨਿਸਟਰ ਸਾਹਿਬ ਨੂੰ ਬੇਨਤੀ ਕੀਤੀ ਸੀਗੀ ਵੀ ਇਹਦਾ ਕੋਈ ਹੱਲ ਕੱਢਿਆ ਜਾਵੇ। ਸੋ ਅਸੀਂ ਕੁਝ ਉਹਨਾਂ ਨੂੰ ਰਾਏ ਵੀ ਦਿੱਤੀ ਸੀਗੀ ਆਪਣੇ ਵੱਲੋਂ ਵੀ ਤੁਸੀਂ ਜਿਸ ਤਰ੍ਹਾਂ ਐਕਸਪੋਰਟ ਦੀ ਗੱਲ ਅਸੀਂ ਉਹਨਾਂ ਨਾਲ ਸ਼ੇਅਰ ਕੀਤੀ ਵੀ ਤੁਸੀਂ ਜਿਹੜੀ ਨੌਨ ਬਾਸਮਤੀ ਉਹ ਪਿਛਲੇ ਦਿਨਾਂ ਤੋਂ ਬੰਦ ਐਕਸਪੋਰਟ ਇਹਨੂੰ ਵੀ ਸ਼ੁਰੂ ਕਰਨਾ ਚਾਹੀਦਾ, ਜਿਸ ਤਰ੍ਹਾਂ ਕੋਈ ਇਥੋਨਲ ਦੇ ਵਿੱਚ ਵੀ ਚਾਵਲ ਪੈਂਦੇ ਆ। ਸੋ ਸਾਨੂੰ ਖੁਸ਼ੀ ਹੈ ਕਿ ਉਹਨਾਂ ਨੇ ਇੱਕ ਜਨਰਲ ਲੈਟਰ ਕੱਢਿਆ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 28 ਨੂੰ ਅਸੀਂ ਮਿਲੇ ਹਾਂ ਉਹਨਾਂ ਨੂੰ ਔਰ ਨੈਕਸਟ ਡੇ ਉਹਨਾਂ ਦੀ ਇੱਕ ਚਿੱਠੀ ਆ ਗਈ ਹੈ ਔਰ ਉਸ ਚਿੱਠੀ ਦੇ ਅੰਦਰ ਉਹਨਾਂ ਨੇ ਜਨਰਲੀ ਕਿਹਾ ਕਿ ਅਸੀਂ ਆਉਣ ਵਾਲੇ ਇਹਨਾਂ ਦਿਨਾਂ ਦੇ ਦੌਰਾਨ 23 ਲੱਖ ਮੀਟਰਿਕ ਟਨ ਜਿਹੜਾ ਉਹ ਚਾਵਲ ਹੈ ਉਹ ਪੰਜਾਬ ਦੀਆਂ ਜਿਹੜੇ ਗਡਾਊਂਡ ਨੇ ਉਹਨਾਂ 'ਚ ਚੱਕ ਕੇ ਖੁੱਲ੍ਹੀ ਮਾਰਕੀਟ 'ਚ ਇਹਨੂੰ ਅਸੀਂ ਮਤਲਬ ਜਿਹੜੇ ਆ ਉਹ ਵੇਚਾਂਗੇ। ਔਰ ਇਹਦੇ ਨਾਲ ਦੀ ਨਾਲ ਉਹਨਾਂ ਨੇ 2 ਲੱਖ ਮੀਟਰਿਕ ਟਨ ਜਿਹੜਾ ਉਹ ਮਲੇਸ਼ੀਆ ਨੂੰ ਵੀ ਐਕਸਪੋਰਟ ਕਰਨ ਦਾ ਜਿਹੜਾ ਉਹ ਜ਼ਿਕਰ ਕੀਤਾ। ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਮਤਲਬ ਜ਼ਰੂਰ ਪੰਜਾਬ ਦੇ ਮਿਲਰਸ ਨੂੰ, ਪੰਜਾਬ ਦੇ ਤਮਾਮ ਜਿਹੜੇ ਇਸ ਪੈਡੀ ਸੀਜ਼ਨ ਨਾਲ ਜੁੜੇ ਸਾਡੇ ਭੈਣ ਭਰਾ ਨੇ, ਚਾਹੇ ਉਹ ਸਾਡੇ ਆੜ੍ਹਤੀ ਨੇ, ਚਾਹੇ ਉਹ ਸਾਡੇ ਕਿਸਾਨ ਨੇ, ਚਾਹੇ ਕੋਈ ਸਾਡੇ ਮਜ਼ਦੂਰ ਨੇ, ਉਹਨਾਂ ਨੂੰ ਇਹ ਗੱਲ ਸਾਫ਼ ਕਰਨੀ ਚਾਹੁੰਦਾ ਕਿ ਕਿਸੇ ਵੀ ਤਰ੍ਹਾਂ ਦੀ ਪਹਿਲੀ ਗੱਲ ਤਾਂ ਵੀ ਕੋਈ ਕਿੱਲਤ ਮਤਲਬ ਰਹਿਣੀ ਨਹੀਂ ਹੈ। ਸੋ ਹੁਣ ਜਿਹੜਾ 23 ਲੱਖ ਮੀਟਰਿਕ ਟਨ ਜਦੋਂ ਖੁੱਲ੍ਹੀ ਮਾਰਕੀਟ ਸਰਕਾਰ ਨੇ ਇਹਨੂੰ ਵੇਚਣ ਦਾ ਇੱਕ ਚਿੱਠੀ ਜਾਰੀ ਕੀਤੀ ਹੈ, ਪ੍ਰਬੰਧ ਕੀਤਾ। ਸੋ ਇਹਦੇ ਨਾਲ ਬਹੁਤ ਵੱਡੀ ਰਾਹਤ ਮਿਲੇਗੀ। ਸੋ ਮੈਂ ਜ਼ਰੂਰ ਇਹ ਕਹਾਂਗਾ ਵੀ ਇਹ ਸੀਜ਼ਨ ਵੀ ਜਿਸ ਤਰ੍ਹਾਂ ਬਾਕੀ ਸਾਡੇ ਸੀਜ਼ਨ, ਚਾਹੇ ਉਹ ਵੀਟ ਦਾ ਚਾਹੇ ਪੈਡੀ ਦਾ,
ਬਹੁਤ ਹੀ ਖੂਬਸੂਰਤ ਸੀਜ਼ਨ ਮਤਲਬ ਰਹੇ ਨੇ। ਖਾਸ ਕਰਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਨਿਰਦੇਸ਼ 'ਤੇ ਜਦੋਂ ਅਸੀਂ ਮੀਟਿੰਗ ਕਰਨ ਲਈ ਗਏ ਸਾਂ ਅਤੇ ਅਸੀਂ ਇਹ ਸਵਾਲ ਉਹਨਾਂ ਦੇ ਸਾਹਮਣੇ ਰੱਖਿਆ ਔਰ ਉਹਨਾਂ ਨੇ ਵੀ ਬੜੇ ਹੰਬਲ ਢੰਗ ਦੇ ਨਾਲ ਸਾਡੇ ਐਗਜ਼ਾਮਿਨ ਕੀਤਾ ਸਾਡੇ ਸਵਾਲਾਂ ਨੂੰ ਔਰ ਉਹਦਾ ਰਿਫਲੈਕਸ਼ਨ ਹੀ ਹੈ ਕਿ ਜਿਹੜਾ ਆ ਉਹ ਚਿੱਠੀ ਜਾਰੀ ਉਹਨਾਂ ਨੇ ਕੀਤੀ ਔਰ ਇਹਦੇ ਅੰਦਰ ਉਹਨਾਂ ਨੇ ਮਤਲਬ 23 ਲੱਖ ਮੀਟ੍ਰਿਕ ਟਨ ਖੁੱਲ੍ਹੀ ਮਾਰਕੀਟ ਦੇ ਵਿੱਚ ਪਰਚੇਜ਼ ਕਰਨ ਦਾ ਪਲੱਸ ਜਿਹੜਾ ਮਲੇਸ਼ੀਆ ਨੂੰ ਐਕਸਪੋਰਟ ਕਰਨ ਦਾ ਨਾਲ ਉਹਨੇ ਇਹ ਗੱਲ ਹੋਰ ਕਹੀ ਹੈ ਕਿ ਇਹ ਸਿਲਸਿਲਾ ਅਸੀਂ ਲਗਾਤਾਰ ਜਾਰੀ ਰੱਖਾਂਗੇ ਜਿੱਥੇ ਜਿੱਥੇ ਵੀ ਸਾਨੂੰ ਕੋਈ ਉਹਦਾ ਬਦਲ ਮਿਲਦਾ ਆ ਇਹ ਸਿਲਸਿਲਾ ਲਗਾਤਾਰ ਹੋਰ ਵੀ ਜਾਰੀ ਰਹੂਗਾ। ਸੋ ਬਸ ਮੈਂ ਇਹ ਕਹਿ ਸਕਦਾ ਵੀ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਚਿੰਤਾ ਦੀ ਕੋਈ ਡਰ ਦੀ ਜਿਹੜੀ ਉਹ ਗੁੰਜਾਇਸ਼ ਨਹੀਂ ਰਹਿਣੀ ਚਾਹੀਦੀ। ਇਹ ਵੀ ਸੀਜ਼ਨ ਜਿਹੜਾ ਪੰਜਾਬ ਦੇ ਅੰਦਰ ਪੈਡੀ ਸੀਜ਼ਨ ਨਾਲ ਜੁੜੇ ਜਿੰਨੇ ਵੀ ਵਰਗ ਨੇ ਮੈਨੂੰ ਲੱਗਦਾ ਵੀ ਇੱਕ ਬੜਾ ਅੱਛਾ ਰਹੂਗਾ ਔਰ ਅਸੀਂ ਸਰਕਾਰ ਵੱਲੋਂ ਕੋਈ ਵੀ ਕਸਰ ਖਾਸ ਕਰਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਨਿਰਦੇਸ਼ ਹੈ ਔਰ ਲਗਾਤਾਰ ਉਹ ਦਖਲ ਵੀ ਦਿੰਦੇ ਆ ਸਾਨੂੰ ਅਗਵਾਈ ਵੀ ਦਿੰਦੇ ਆ ਮੈਂ ਕਹਿ ਸਕਦਾ ਕਿ ਵਧੀਆ ਸੀਜ਼ਨ ਜਿਹੜਾ ਉਹ ਪੰਜਾਬ ਦੇ ਅੰਦਰ ਲੱਗੂਗਾ। ਸਪੇਸ ਦੀ ਕੋਈ ਘਾਟ ਨਹੀਂ ਰਹਿੰਦਾ ਨਹੀਂ ਉਹਨਾਂ ਨਾਲ ਮੀਟਿੰਗ ਤਾਂ ਅਜੇ ਅਸੀਂ ਨਹੀਂ ਕੀਤੀ ਸਾਡੇ ਫੋਨ 'ਤੇ ਇੱਕ ਦੋ ਉਹਨਾਂ ਦੇ ਲੀਡਰਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਵੀ ਤਸੱਲੀ ਪ੍ਰਗਟਾਈ ਹੈ। ਅਲਟੀਮੇਟਲੀ ਉਹਨਾਂ ਦੀ ਡਿਮਾਂਡ ਵੀ ਇਹੀ ਸੀਗੀ ਵੀ ਸਪੇਸ ਹੋਣੀ ਚਾਹੀਦੀ ਹੈ। ਸੋ ਫੋਨ 'ਤੇ ਸਾਡੀਆਂ ਗੱਲਾਂ ਬਾਤਾਂ ਹੋਈਆਂ ਨੇ ਅਦਰਵਾਈਜ਼ ਵੀ ਜੇ ਮਿਲਣ ਦੀ ਉਹਨਾਂ ਦੀ ਇੱਛਾ ਹੋਊਗੀ ਮਿਲਾਂਗੇ ਵੀ ਉਹਨਾਂ ਨੂੰ ਸਾਰੀ ਤਸਵੀਰ ਕਲੀਅਰ ਵੀ ਅਸੀਂ ਕਰਾਂਗੇ। ਨਹੀਂ ਮਿਲਿੰਗ ਪਾਲਿਸੀ ਦਾ ਵਿਰੋਧ ਮੇਰੇ ਨੋਟਿਸ 'ਤੇ ਨਹੀਂ ਆਇਆ ਹੈਗਾ ਅਜੇ। ਬੇਸਿਕਲੀ ਜਿਹੜੇ ਕੰਸਰਨ ਨੇ ਜਦੋਂ ਵੀ ਅਸੀਂ ਕੋਈ ਪਾਲਿਸੀ ਨਵੀਂ ਲੈ ਕੇ ਆਉਣੀ ਹੁੰਦੀ ਆ ਉਹਨਾਂ ਨਾਲ ਵਿਚਾਰ ਚਰਚਾ ਕਰਦੇ ਉਹਨਾਂ ਨਾਲ ਬਹਿ ਕੇ ਸਾਰੀਆਂ ਗੱਲਾਂ ਆਪਾਂ ਤੈਅ ਕਰਦੇ ਹਾਂ। ਸੋ ਕੋਈ ਮੈਨੂੰ ਲੱਗਦਾ ਨਹੀਂ ਅਜੇ ਤੱਕ ਮੇਰੇ ਨੋਟਿਸ ਦਾ ਕੋਈ ਇਸ ਤਰ੍ਹਾਂ ਦਾ ਵਿਰੋਧ ਆਇਆ ਨਹੀਂ। ਜੇ ਕੋਈ ਕਿਸੇ ਦੇ ਮਨ ਦੇ ਅੰਦਰ ਕੋਈ ਸਵਾਲ ਵੀ ਹੋਣਗੇ ਕੋਈ ਚਿੰਤਾਵਾਂ ਹੋਣਗੀਆਂ ਤਾਂ ਅਸੀਂ ਬੈਠੇ ਹਾਂ ਉਹ ਸੁਣਾਂਗੇ ਔਰ ਉਹਨੂੰ ਸ਼ਾਰਟ ਆਊਟ ਵੀ ਕਰਾਂਗੇ ਅਸੀਂ। ਨਹੀਂ ਜਿਹੜੀ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਆ ਮੇਰੇ ਕੋਲ ਤੋਂ ਟਾਈਮ ਮੰਗਿਆ ਸੀਗਾ ਉਹਨਾਂ ਨੇ। ਸੋ ਆਉਣ ਵਾਲੇ ਦਿਨਾਂ 'ਚ ਅਸੀਂ ਮੀਟਿੰਗ ਵੀ ਕਰਾਂਗੇ ਉਹਨਾਂ ਦੇ ਨਾਲ ਉਹ ਆਪਣੇ ਲੋਕ ਨੇ ਪੰਜਾਬ ਦੇ ਅੰਦਰ ਮਤਲਬ ਇੱਕ ਵੱਡਾ ਖੇਤਰ ਆ ਇਹ ਸਾਡਾ ਜਿਹਦੇ ਨਾਲ ਲੱਖਾਂ ਲੋਕ ਜੁੜੇ ਆ। ਸੋ ਅਸੀਂ ਗੱਲ ਵੀ ਸੁਣਾਂਗੇ ਬੈਠਾਂਗੇ ਵੀ ਉਹਨਾਂ ਦੇ ਨਾਲ। ਹਾਂ ਹਾਂ ਉਹ ਵੱਖਰਾ ਹਾਂ ਜੀ 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 ਹਾਂ 25 ਲੱਖ 2 ਲੱਖ ਐਕਸਪੋਰਟ ਕਰਨਗੇ ਮਲੇਸ਼ੀਆ ਨੂੰ। ਜਿਹੜੇ ਅਨੁਮਾਨ ਨੇ ਉਹ 1 ਲੱਖ ਮਤਲਬ ਮੈਂ 200 ਲੱਖ ਮੀਟਰ ਟਨ ਜਿਹੜੀ ਆ ਉਹ ਪੈਡੀ ਦੀ ਆਉਣ ਦੀ ਸੰਭਾਵਨਾ ਹੁੰਦੀ ਹੈ ਉਹ ਥੋੜ੍ਹੀ ਬਹੁਤੀ ਉੱਪਰ ਥੱਲੇ ਜਾ ਸਕਦੀ ਹੈ। ਸੋ ਇਹਦਾ ਮਤਲਬ ਸਵਾ ਕੁ ਨਹੀਂ ਪੰਜਾਬ ਦੇ ਅੰਦਰ ਇਸ ਵੇਲੇ ਸਾਡੇ ਕੋਲ 121 ਲੱਖ ਮੀਟਰ ਟਨ ਜਿਹੜਾ ਉਹ ਮਤਲਬ ਲੱਗਿਆ ਹੋਇਆ। ਸੋ ਲਗਭਗ ਮੈਨੂੰ ਲੱਗਦਾ ਆ ਵੀ ਇਹ ਸਿਲਸਿਲਾ ਆਰੰਭ ਹੋਣ ਦੇ ਨਾਲ ਕੋਈ ਸਪੇਸ ਦੀ ਪ੍ਰੋਬਲਮ ਰਹੇਗੀ ਨਹੀਂ ਪੰਜਾਬ ਦੇ ਅੰਦਰ।